ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵੱਲੋਂ ਅਰਬਨ ਹਾਟ ਵਿਖੇ ਪਹਿਲੀ ਪਾਤਸ਼ਾਹੀ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਅਤੇ ਪਿੰਗਲਵਾੜਾ ਦੇ ਸੰਸਥਾਪਕ ਭਗਤ ਪੂਰਨ ਸਿੰਘ ਜੀ ਦੀ 26ਵੀਂ ਬਰਸੀ ਤੇ ਭਾਈ ਲਾਲੋ ਜੀ ਨੂੰ ਸਮਰਪਿਤ ਕਿਰਤੀ ਅਤੇ ਸੱਭਿਆਚਾਰਕ ਮੇਲਾ ਪਿੰਗਲਵਾੜਾ ਮੁਖੀ ਡਾਕਟਰ ਇੰਦਰਜੀਤ ਕੌਰ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਵੱਖ ਵੱਖ ਵਸਤਾਂ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਮੇਲੇ ਦੇ ਆਖਰੀ ਦਿਨ ਤ੍ਰਿੰਜਣਾ ਦਾ ਆਯੋਜਨ ਵੀ ਕੀਤਾ ਗਿਆ। ਦਰਸ਼ਨ ਸਿੰਘ ਬਾਵਾ, ਹਰਜੀਤ ਸਿੰਘ, ਡਾਕਟਰ ਜਗਦੀਪਕ ਸਿੰਘ ਸਮੇਤ ਕਈ ਲੋਕ ਮੌਜੂਦ ਸਨ। ਵੀਵਿੰਗ ਅਤੇ ਚਰਖਾ ਕੱਤਣ ਦੇ ਮੁਕਾਬਲੇ ਵੀ ਕਰਵਾਏ ਗਏ। ਬਹੁਤ ਕੋਟ ਕਟਾਂ ਧੰਨਵਾਦ ਹੈ ਗੁਰੂ ਨਾਨਕ ਪਾਤਸ਼ਾਹ ਦਾ, ਜਿਹਨੇ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖਿਆ। ਸਾਰੇ ਮੇਲੇ ਦੇ ਦੌਰਾਨ ਬਹੁਤ ਹੀ ਖੁਸ਼ੀ ਹੈ ਕਿ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਐਡਾ ਵੱਡਾ ਉਪਰਾਲਾ ਕਰ ਸਕੇ। ਗੁਰੂ ਨਾਨਕ ਪਾਤਸ਼ਾਹ ਦਾ ਸੁਨੇਹਾ, ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਸੁਨੇਹਾ ਦੇ ਸਕੇ ਵੱਖਰੇ ਢੰਗ ਨਾਲ, ਕਿਉਂ ਜੇ ਆਪ ਕਿਰਤ ਕਰਾਂਗੇ ਤਾਂ ਹੀ ਕਿਰਤ ਦੀ ਮਹੱਤਤਾ ਸਮਝ ਆਉਂਦੀ ਹੈ। ਅਤੇ ਕਿੱਥੋਂ ਕਿੱਥੋਂ ਕਿਰਤੀ ਆਏ ਨੇ, ਇਹ ਵੱਖਰੀਆਂ ਵੱਖਰੀਆਂ ਸਟੇਟਸ ਤੋਂ ਕਿਰਤੀ ਆਏ ਨੇ, ਕੋਈ ਰਾਜਸਥਾਨ ਤੋਂ ਹੈ, ਕੋਈ ਕਿਤੋਂ ਹੈ, ਗੁਜਰਾਤ ਤੋਂ ਹੈ, ਕੋਈ ਮਹਾਰਾਸ਼ਟਰ ਤੋਂ ਹੈ, ਤਾਂ ਇੱਕ ਕਿੰਨਾ ਪਿਆਰ ਵੱਧਦਾ ਵੱਖਰੀਆਂ ਵੱਖਰੀਆਂ ਸਟੇਟਸ ਆਪਣੀਆਂ।